ਸੀਤੇ ਵਾਲੇ ਨੇ ਮੂਸਾ ਜੱਟ ਤੇ ਸਰਦਾਰ ਸ਼ੇਖ ਵੱਲੋਂ ਕੀਤੇ ਗਏ ਰਿਵਿਊ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਸਿੱਧੂ ਨੂੰ ਸਰਦਾਰ ਸ਼ੇਖ ਨੂੰ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਸਿੱਧੂ ਮੂਸੇਵਾਲਾ ਇੱਕ ਪਬਲਿਕ ਫਿਗਰ ਹੈ ਤੇ ਉਹਨਾਂ ਦੇ ਫੈਨ ਸਿੱਧੂ ਦੀ ਕਿਸੇ ਵੀ ਮਾੜੀ ਜਾਂ ਚੰਗੀ ਗੱਲ ਨੂੰ ਫੋਲੋ ਕਰਦੇ ਹਨ, ਜਿਸ ਦਾ ਨਤੀਜਾ ਸਰਦਾਰ ਸ਼ੇਖ ਦੇ ਇੰਸਟਾਗ੍ਰਾਮ ਕਮੈਂਟਸ 'ਚ ਵੇਖਣ ਨੂੰ ਮਿਲ ਰਿਹਾ ਹੈ। ਸਿੱਧੂ ਦੇ ਫੈਨਸ ਲਗਾਤਾਰ ਸਰਦਾਰ ਸ਼ੇਖ ਨੂੰ ਕਮੈਂਟਸ 'ਚ ਗੰਦੀਆਂ ਗਾਲਾਂ ਵੀ ਕੱਢ ਰਹੇ ਹਨ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਸਰਦਾਰ ਸ਼ੇਖ ਦੇ ਰਿਵਿਊ ਦੀ ਤਾਂ ਉਸ ਵਿੱਚ ਸਿੱਧੂ ਦੀ ਐਕਟਿੰਗ ਦੇ ਰਿਲੇਟਿਡ ਹੀ ਗੱਲ ਕੀਤੀ ਗਈ ਹੈ। ਸਾਰੇ ਰਿਵਿਊ ਦੇ ਵਿੱਚ ਕੋਈ ਵੀ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ ਹੈ। ਸਰਦਾਰ ਸ਼ੇਖ ਨੇ ਮੂਸਾ ਜੱਟ ਨੂੰ ਲੈ ਕੇ ਸਿਰਫ ਆਪਣਾ ਇੱਕ ਓਪੀਨੀਅਨ ਸ਼ੇਅਰ ਕੀਤਾ ਹੈ ਜਿਹੜਾ ਕਿ ਉਸਦਾ ਕੰਮ ਹੀ ਹੈ, ਪਰ ਸਿੱਧੂ ਨੂੰ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਅਜਿਹਾ ਕਮੈਂਟ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਸਿੱਧੂ ਹਮੇਸ਼ਾ ਹੀ ਕੌਂਟਰੋਵਰਸਿਸ ਦੇ ਵਿੱਚ ਘਿਰਿਆ ਰਹਿੰਦਾ ਹੈ। ਇਸ ਸਾਰੇ ਮਾਮਲੇ 'ਤੇ ਤੁਹਾਡੀ ਕੀ ਰਾਏ ਹੈ ਸਾਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। We'll be right back.